ਹਲਕੀ ਹੈਗੀ, ਤੇਜ਼ ਹੋਏ, ਬਹੁਤ ਬਹੁਤ ਤੇਜ਼ ਹੈ। ਮੈਂ ਚੱਕਰ ਲਗਾਏ ਆ। ਦੱਸ ਬਾਈ, ਚੰਗੇ ਨੇ? ਦੱਸ ਬਾਈ, ਇਹ ਕੀ ਕਰ ਰਹੇ? ਮੈਂ ਚੈੱਕ ਕਰ ਰਿਹਾ, ਮਾਲ ਸਹੀ ਹੈ ਸਰ ਜੀ। ਮੰਡੀ ਦਾ ਰੇਟ ਤੇ ਹੱਥ ਨਹੀਂ ਲਾਣ ਦੇ ਰਿਹਾ ਯਾਰ। 90 ਕਹਿ ਰਹੇ ਤੇ ਉਹ 80 ਵਾਲਾ ਵੀ ਨਹੀਂ। ਨਹੀਂ ਨਹੀਂ ਉਸਤਾਦ, ਬਹੁਤ ਮਹਿੰਗਾ। ਅਸਲਾਮੁ ਅਲੈਕੁਮ, ਉਮੀਦ ਕਰਨਾ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਤੇ ਈਦ ਦੀ ਮੁਨਾਸਬਤ ਦੇ ਨਾਲ ਅੱਜ ਅਸੀਂ ਜਾ ਰਹੇ ਹਾਂ ਜੀ ਜਾਨਵਰ ਲੈਣ। ਮਾਸ਼ਾਅੱਲਾ ਸਾਰੇ ਫੈਸਲ ਭਾਈ ਜਾ ਰਹੇ ਨੇ ਭਾਈ ਸਾਹਿਬ ਦੇ ਨਾਲ। ਬਹੁਤ ਗਰਮੀ ਹੈ ਉਸਤਾਦ ਜੀ, ਬਹੁਤ ਗਰਮੀ ਹੈ। ਗਰਮੀ ਤੇ ਠੀਕ ਹੈ, ਮਾਰ ਨਾ ਦਈਏ ਕਿਸੇ ਚ। ਆਹੋ ਆਹਾ, ਕਿੱਥੇ ਗਏ ਹੋ ਭਾਈ? ਕਿੱਥੇ ਗਏ? ਇਹਨੇ ਬੁਲਕੀ ਕਮਾਨੀ ਆ ਫਜ਼ ਇਹਨੇ ਬੁਲਕੀ ਮਾਰ ਦੇਣੀ ਹੈ। ਚਲੋ ਕੁਛ ਤੇ ਮਾਰੇਗਾ ਪੱਕਾ, ਬਹੁਤ ਤੇਜ਼ ਹੈ ਤੂੰ ਹੈ। ਕੈਸੇ ਸਾਹਿਬ, ਕੀ ਜ਼ੇਨ ਹੈ ਤੁਹਾਡਾ? ਮੈਂ ਹਲਕੀ ਹੈ ਕਿ ਤੇਜ਼ ਹੋਏ? ਬਹੁਤ ਬਹੁਤ ਤੇਜ਼ ਹੈ, ਮੈਂ ਚੱਕਰ ਲਗਾਏ ਆ। ਅੱਛਾ, ਬਹੁਤ ਤੇਜ਼ ਹੈ, ਬਹੁਤ ਤੇਜ਼ ਹੈ ਮੰਡੀ, ਬਹੁਤ ਤੇਜ਼ ਹੈ ਯਾਰ। ਮੰਡੀ ਤੋਂ ਪਹਿਲੇ ਮੈਂ ਕਹਿ ਰਿਹਾ ਤੇ ਸਟਾਫ ਤੇ ਚੈੱਕ ਕਰੀਏ ਆਪਣੇ, ਸਟਾਫ ਤੇ ਚੈੱਕ ਕਰਾਂਗੇ। ਮੰਡੀ ਚ ਬਾਅਦ ਜਾਣਾ ਕਿਉਂਕਿ ਮੰਡੀ ਬਹੁਤ ਤੇਜ਼ ਹੈ। ਅੱਛਾ, ਆਪਣੇ ਇੱਧਰ ਹੀ ਇਨਸ਼ਾਅੱਲਾ ਮਿਲ ਜਾਣਗੇ। ਹਫ਼ਤੇ ਦਾ ਰੇਟ ਪੁੱਛ ਜ਼ਰਾ। ਕਹਿੰਦਾ ਹੈ ਦਾ? ਹਾਂ, ਉਹਨੇ ਕਹਿੰਦਾ ਲਾਈਓ ਤੁਹਾਡਾ ਹੀ ਹੈ। ਬਲਕਿ ਕਸ਼ਪ ਉਹਨੇ ਇਹਦਾ ਵੀ ਕੋਈ 60-70 ਹਜ਼ਾਰ ਰੁਪਇਆ ਮੰਗ ਲੈਣਾ। ਉਹਨੇ ਕਹਿਣਾ ਭਾਈ ਉਹਨੇ ਕਹਿਣਾ ਆਉਂਦੇ ਇਹ ਵੀ ਆਣ ਦਿਓ। ਉਹਨਾਂ ਨੇ ਕਹਿਣਾ ਅੱਜ ਕੱਲ੍ਹ ਖੋਤਾ ਬੜੀ ਡਿਮਾਂਡ ਵਿੱਚ ਹੈ। ਆਹੋ, ਤੇ ਇਹ ਵੀ ਕੱਢੋ ਤੁਸੀਂ ਪੈਸੇ। ਖੋਤੇ ਦੀ ਖਲ ਬੜੀ ਮਹਿੰਗੀ ਵੇਚਦੀ ਹੈ। ਹਾਂ, ਵਿੱਚ ਤਾਂ ਖੋਤਾ ਤਗੇ ਦਾ ਨਹੀਂ। ਓਏ ਭਾਈ, ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ, ਜਾਨਵਰ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਂਦੇ ਨਾਲ। ਠੀਕ ਹੈ ਜੀ, ਓਕੇ। ਉਹ ਭੇਡੂ ਨਹੀਂ ਹੈ, ਚੱਕੀ ਦੁੰਬਾ। ਚੱਕੀ ਦੁੰਬਾ, ਸਾਨੂੰ ਹਨਾ ਰਾਦਾ ਨਹੀਂ ਹੈ। ਹਾਂ ਬਈ, ਕੀ ਹਾਲ ਹੈ? ਠੀਕ ਹੋ? ਕੀ ਹੋਇਆ ਯਾਰ? ਫੈਸਲ ਭਾਈ ਚੰਗੇ ਨੇ? ਫੈਸਲ ਭਾਈ, ਕੀ ਹੋ ਗਿਆ? ਲੜਾਈ ਹੋ ਗਈ? ਲੜਾਈ ਐ ਬਈ, ਲੜਾਈ ਹੋਈ? ਮਰ ਕਿਉਂ?
ਕੋ ਗਾਹ ਕੀ ਬਹੁਤ ਹੈ ਕੀ ਕਰ ਰਹੇ ਸਹੀ ਮੈਂ ਚੈੱਕ ਕਰ ਰਿਹਾ ਮਾਲ ਸਹੀ ਹੈ ਯਾਰ ਦੁੰਬੇ ਪਿਆਰੇ ਨੇ ਮਾਸ਼ਾ ਅੱਲਾ ਇੱਕ ਵਾਰ ਨਾ ਇੱਕ ਦੁੰਬੇ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡਾ ਰੇਟ ਕੋ ਘੱਟ ਹੁੰਦਾ ਕਹਿੰਦਾ ਸਾਡੇ ਹਕੂਕਾਂ ਨੂੰ ਸਮਾਨ ਨਹੀਂ ਹੈਗੇ ਇਹਦਾ ਬਸਤਾ ਭਾਰਾ ਹੈ ਸਮਾਨ ਨਹੀਂ ਉਧਰ ਵੀ ਹਨ ਚਲੋ ਮੰਡੀ ਬਹੁਤ ਜ਼ਿਆਦਾ ਤੇਜ਼ ਹੈਗੀ ਹੈ ਭਾਈ ਛੋਟੇ ਛੋਟੇ ਬੱਕਰਿਆਂ ਦਾ ਛਤਰਿਆਂ ਦਾ ਜਿਹੜਾ ਹੈ ਨਾ ਉਹ 1,20,000 1,30,000 1,50,000 ਰੁਪਇਆ ਅਸੀਂ ਦੇਖ 5 ਲੱਖ ਵਾਲਾ ਬੱਕਰਾ ਵੀ ਦੇਖਿਆ ਤੇ ਖੈਰ ਤੁਹਾਨੂੰ ਦਿਖਾਣਾ ਭੁੱਲ ਗਏ ਲੇਕਿਨ ਮੰਡੀ ਬਹੁਤ ਤੇਜ਼ ਹੈਗੀ ਹੈ ਤੇ ਖੈਰ ਜੇ ਤੇਜ਼ ਜ਼ਿਆਦਾ ਆਈ ਰੇਟ ਜ਼ਿਆਦਾ ਆਇਆ ਤੇ ਫਿਰ ਇਨਸ਼ਾਅੱਲਾ ਕੱਲ੍ਹ ਦੁਬਾਰਾ ਚੱਕਰ ਲਗਾਵਾਂਗੇ ਤੇ ਹੁਣ ਜਾ ਰਹੇ ਅਸੀਂ ਫਿਲਹਾਲ ਮਨਾਵਾ ਮੰਡੀ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਰੇਟ ਦਾ ਉੱਥੇ ਕੀ ਹਿਸਾਬ ਕਿਤਾਬ ਹੈਗਾ ਤੇ ਉੱਥੇ ਜਾਨਵਰ ਜਿਹੜਾ ਪਸੰਦ ਆਏਗਾ ਉਹ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰਨੇ ਆ ਕਿ ਕਿਹੜਾ ਪਸੰਦ ਆ ਰਿਹਾ ਕਿਸ ਤਰ੍ਹਾਂ ਦਾ ਜਾਨਵਰ ਮੰਡੀ 'ਚ ਅਵੇਲੇਬਲ ਹੈਗਾ ਤੇ ਮੰਡੀ ਦਾ ਰੇਟ ਕਿਸ ਤਰ੍ਹਾਂ ਛੋਟੇ ਜਾਨਵਰ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਜੀ ਮਾਸ਼ਾਅੱਲਾ ਜਾਨਵਰ ਤੇ ਅੱਛਾ ਛੱਗਾ ਲੱਗ ਰਿਹਾ ਮੈਨੂੰ ਸਰ ਜੀ ਮੰਡੀ ਦਾ ਰੇਟ ਤੇ ਹੱਥ ਨੀ ਲਾਣ ਦੇ ਰਿਹਾ ਬਹੁਤ ਰਸ਼ ਹੈਗਾ ਮੈਂ ਕਿਉਂ ਯੂਨੀਕ ਕਲਰ ਯਾਰ ये 4 टीथ वाले 2 टीथ वाला ये इधर से आओ इधर से चलो हां जी हां जी ये कह रहे हैं भाजी मैं कह हां जी साफ हो रहा है शे जीवन हाथ पाके थोड़े रह गए कौन है ये लोग ਮੰਡੀ ਜਿਹੜੀ ਹੈ ਨਾ ਲੋਕ ਦੋ ਲੈ ਕੇ ਨਾ ਅੰਦਰੋਂ ਲੈ ਕੇ ਬਾਹਰ ਉਹੀ ਵੇਚੀ ਜਾ ਰਹੇ ਨੇ ਮੰਡੀ ਕਿਧਰ ਇਹ ਕੰਮ ਚੱਲ ਰਿਹਾ ਅੱਜ ਕੱਲ ਮੰਡੀ ਹੈ ਕਿਧਰ
ਚਲੋ 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 ਪਾਣੀ ਫੜੋ ਯਾਰ ਠੰਡਾ ਜੁੱਤੀਆਂ ਨਾ ਖਾਲੀ ਇਹ ਮੰਡੀਆਂ ਦੇ ਵਿੱਚ ਵਿਆਹ ਹੀ ਹੁੰਦੇ ਨੇ ਫਿਰ ਚੋਗਾ ਬਾਈ ਚਾਚੂ ਕਿਧਰ ਨਾ ਲੈਣਾ ਉਹਨਾਂ ਨੇ ਕੰਮ ਕਰਨਾ ਇਹਦੀ ਅੱਖ ਹੀ ਨਜ਼ਰ ਆ ਰਹੀ ਬਸ ਮਾਸ਼ਾਅੱਲਾ ਮਾਸ਼ਾਅੱਲਾ ਹਾਂਜੀ ਸਰ ਜੀ ਦੋਂਦਾ ਚੋਗਾ ਪੱਕਾ ਦੋਂਦਾ ਚੈੱਕ ਕਰੋ ਯਾਰ ਪੱਕਾ ਦੋਂਦਾ ਭਾਈ ਇੱਕ ਦੇਰ ਨਾ ਕੱਢਿਆ ਸ੍ਰੀ ਰਿਆ ਕੰਧਾਉਣਾ ਹੈ ਘਰ ਰਾਜੇ ਕੀ ਮੰਗ ਰਹੇ ਯਾਰ ਜਿੰਨਾ ਵੀ ਹੋਵੇ ਸਾਨੂੰ ਜੇ ਮਤਲਬ ਮੁਨਾਸਬ ਹੈਗਾ ਯਾਰ ਤੁਸੀਂ ਦੱਸ ਦਿਓ ਤੁਹਾਨੂੰ ਮੁਨਾਸਬ ਕੀ ਹੋ ਜਾਏਗਾ ਲਾਸਟ ਤੁਸੀਂ ਆਪਣਾ ਦੱਸ ਦਿਓ ਸਾਨੂੰ ਸਮਝ ਆਏਗੀ ਲੈ ਲਾਂਗੇ ਨਹੀਂ ਆਏਗੀ ਨਹੀਂ ਲਾਵਾਂਗੇ 95 10 95 15 ਠੀਕ ਆ ਜਾਓ ਭਾਈ ਤੂੰ 85 ਕਹਿ ਲੈ ਯਾਰ ਵੀਰ ਘਰ ਦੀ ਕੀ ਯਾਰ ਬਾਹਰ ਕਰ ਲਓ ਬਾਹਰ ਫਾਈਨਲ ਹੈ ਬਸ ਸਭ ਬਸ ਬੇਟਾ ਇਹਦੀ ਉਹ ਰੇਟ ਖਰਾਬ ਹੋ ਜਾਣਾ ਹੈ ਭੜਾਕੇ ਗੱਡੀ
ਸਭ ਉਹ ਮੱਟੀ ਹੈਗੀ ਮੰਡੀ ਸਿਰਫ ਚੇਜ਼ਾ ਲਾਣ ਆਉਂਦੇ ਨੇ ਸਵਾਨ ਓਏ ਹੋਏ ਬੰਦੇ ਅਥਰੇ ਲੈ ਲੈ ਚੈੱਕ ਕਰੋ ਸਾਰਾ ਅਥਰੇ ਲੈ ਲੈ ਨਹੀਂ ਉਹਨਾਂ ਤੇਰੇ ਛੱਡੇ ਠਾੜ ਕਰਦੇ ਨੇ ਲੱਤ ਮਾਰ ਕੇ ਮਿੱਟੀ ਕਿੰਨੀ ਆਂਦੀ ਵੇਖ ਕੈਮਰੇ ਦੇ ਵਿੱਚ ਕਿੰਨੀ ਆ ਰਹੀ ਲੱਗਦਾ ਤੂਫਾਨ ਆ ਰਿਹਾ ਅੱਜ ਥੱਲੇ ਸਾਰੀ ਆ ਮਿੱਟੀ ਹੈਗੀ ਹੈ ਐ ਮੰਡੀ ਸਾਹ ਬਾਹਰ ਸ਼ੂਗਰ ਮੇਲਾ ਸੀ ਮੰਡੀ ਉਸ ਚਲੋ ਯਾਰ ਫਿਰ ਤੁਹਾਨੂੰ ਕਿਸੇ ਜਾਨਵਰ ਵਾਲੇ ਸਟਾਲ ਤੇ ਜਾ ਕੇ ਨਾ ਕੋਈ ਜਾਨਵਰ ਜਾ ਕੇ ਤੁਹਾਨੂੰ ਮਿਲਦੇ ਆ ਕਰੋ ਫਾਜ ਸਾਹਿਬ ਰੇਟ ਕਰੋ ਕੀ ਸਮਝ ਆ ਰਹੀ ਤੁਹਾਨੂੰ ਜੋੜੀ ਅੱਛਾ ਯਾਨੀ ਕਿ ਸਾਡੇ ਵਾਸਤੇ ਨਹੀਂ ਯਾਰ ਉਧਰ ਦੇਖ ਲੋ ਇੱਕ ਬੱਕਰਾ ਖੜਾ ਉਹ ਭਾਈ ਦਾ ਇਕੱਲਾ ਹੀ ਰਹਿ ਗਿਆ ਯਾਰ ਆ ਗਿਆ ਸਰ ਜੀ ਦੋਂਦਾ ਤੇ ਕਿਸ ਤਰ੍ਹਾਂ 85,000 ਦਾ ਪਿਆਰ ਮੁਹੱਬਤ ਕਿੰਨੀ ਹੋ ਜਾਏਗੀ ਇਨਸ਼ਾਅੱਲਾ ਕਰਾਂਗੇ ਮਾਲ ਸਾਡਾ ਪਿਆਰ ਮੁਹੱਬਤ ਅਸਾਂ ਦੋਨੇ ਅਸੀਂ ਪਿਆਰ ਮੁਹੱਬਤ ਚਾਲਾਂਗੇ ਹੋਇਆ ਰੇਟ ਨਹੀਂ ਯਾਰ ਉਹ ਕਾ ਪੁੱਛ ਨਹੀਂ ਰਹੇ ਹੈ ਤੇ ਦੱਸੋ ਗੱਲ ਕਰ ਲੈਣੇ ਹਾਂ ਜੀ 50 ਕਹਿ ਦੋ ਉਹ ਇੱਕ ਹੀ ਰਹਿ ਗਿਆ ਇਹਨਾਂ ਦਾ ਉਹ ਕਰ ਲੈਗੇ ਹੈਗਾ ਇਹ ਹਾਲਾ ਦੋ ਦੋ ਸਾਰੇ ਮਾਲ ਕੋ ਫੜਾ ਕਿਸੇ ਕੋਲ ਮਾਲ ਹੀ ਨਹੀਂ ਆਇਆ ਤੇ ਕੀ ਕਰੀ ਹੁਣ ਇਹ ਫੈਸਲਾ ਭਾਈ ਕੀ ਕਹਿ ਰਹੇ ਹੋ ਨਹੀਂ ਉਹ ਤੇ ਅਸੀਂ ਪੁੱਛਿਆ ਅੰਕਲ ਕਹਿ ਰਹੇ ਪਿਆਰ ਮੁਹੱਬਤ ਕਰ ਲਾਂਗੇ ਭਾਜੀ ਸਾਹਿਬ ਤੁਸੀਂ ਰੇਟ ਨੀ ਕਰ ਰਹੇ ਮੈਂ ਆਪਣੇ ਪਿਆਰ ਮੁਹੱਬਤ ਕੀ ਆ ਹਮ ਮਾਰੀ ਬਾਰੀ ਹਮ ਪਿਆਰ ਮੁਹੱਬਤ ਕਰੇਂਗੇ ਫਲੇਵਰ ਫੈਲੋਜ਼ ਫਲੇਵਰ ਫੈਲੋਜ਼ ਫਲੇਵਰ ਫੈਲੋਜ਼ ਸਬਸਕ੍ਰਾਈਬ ਕਰਾਓ ਯਾਰ ਸਬਸਕ੍ਰਾਈਬ ਕਰਾਓ ਯਾਰ ਭਾਈ ਨੂੰ ਸਬਸਕ੍ਰਾਈਬ ਕਰਾਓ ਯਾਰ ਲੱਭ ਕੇ ਦਿਓ ਡੇਲੀ ਡੇਲੀ ਅਪਡੇਟ ਅੱਜ ਹੋਣਾ ਚਾਹੀਦਾ ਸਬਸਕ੍ਰਾਈਬਰ ਅੱਜ ਸਾਰਿਆਂ ਕੋਲ ਪੜ ਕੇ ਕਰੋ ਨਾ ਸਬਸਕ੍ਰਾਈਬ
ਪਾਦੀ ਦੀ ਗੱਲ ਸੁਣੀ ਕਹਿੰਦਾ ਮੰਡੀ ਚ ਸਾਰਾ ਕੁਝ ਸਬਸਕ੍ਰਾਈਬ ਕਰਾਓ ਇੱਧਰ ਹੀ 1 ਮਿਲੀਅਨ ਹੋ ਜਾਣੀ ਹੈ ਪਤਾ ਨਹੀਂ ਪਤਾ ਹੈ ਪਹੁੰਚੋ ਅਮਰੀਕਾ ਪਤਾ ਲੱਗੇ ਇਸ ਤੋਂ ਅਗਲੇ ਦਿਨ ਹੀ ਗਿਵਅਵੇ ਸ਼ੁਰੂ ਹੋ ਗਿਆ ਇਨਸ਼ਾਅੱਲਾ ਹੋ ਸਕਦਾ ਯਾਰ Who knows only God knows ਕਿਹਦੇ ਜੇਬ ਚ ਨੇ ਅੱਛਾ ਤੈਨੂੰ ਮੋਬਾਈਲ ਦੀ ਫਿਕਰ ਨਹੀਂ ਹੈ ਉਹ ਸਟੂਡੈਂਟਸ ਛੋਟੇ ਬੈਗ ਵਾਲੇ ਕਰੋ ਯਾਰ ਕਰੋ ਬਾਈ ਕੋ ਲਾਓ ਯਾਰ ਕਾ ਮੋਬਾਈਲ ਹਮਨੇ ਮੰਡੀ ਕੇ ਅੰਦਰ ਅੰਦਰ ਹੀ 1 ਮਿਲੀਅਨ ਕਰਵਾ ਲੈਣਾ ਬੈਗ ਕੀ ਕਹਿੰਦਾ ਪਤਾ ਨਹੀਂ ਮੈਂ ਲਾਈ ਨਾ ਉਹਦੇ ਬੈਗ ਤੇ ਦਰਦ ਹੋਏਗੀ ਖੁਆਇਸ਼ ਰਹਿ ਜਾਣੀ ਲੋ ਵੀ ਵਪਾਰੀ ਤੇ ਸੋ ਗਏ ਮੇਰੇ ਖਿਆਲ ਨਾਲ ਮੰਡੀ ਉਧਰ ਹੈਗੀ ਆ ਸਰ ਇਹ ਹਾਈਲਾਈਟਸ ਨੇ ਮਾਸ਼ਾਅੱਲਾ ਪਾਦੀ ਸਾਹਿਬ ਇਹਦਾ ਕੀ ਰੇਟ ਹੋਏਗਾ ਇਹਦਾ 810 ਉਧਰ ਬਾਬਾ ਜੀ ਰਸ਼ ਲੱਗਾ ਦੇਖ ਲੈਣੇ ਆ ਕਿ ਬਹੁਤ ਵੱਡੀ ਹੈ ਮੰਡੀ ਨਾਜ਼ਰੀਨ ਇੱਥੇ ਸਾਰਾ ਵੱਡਾ ਜਾਨਵਰ ਹੈਗਾ ਮਾਸ਼ਾਅੱਲਾ ਖੂਬਸੂਰਤ ਯਾਰ ਮੈਂ ਤਾਂ ਕਹਿੰਦਾ ਪੂਰਾ ਮਹੱਲਾ ਮਿਲ ਕੇ ਨਾ ਵਿਹੜੇ ਹੀ ਨਾ ਲੈ ਲਈਏ ਇੱਕ ਬੇਟਾ ਮਹੱਲੇ ਚ ਕਹਿ ਰਹੇ ਹਾਂ ਵਿਹੜੇ ਚ ਸੱਤ ਹੀ ਸਹੀ ਹੁੰਦੇ ਨੇ ਚੱਲ ਇੱਕ ਹਿੱਸਾ 10-10 ਜਣੇ ਪਾਲੇ ਨੇ 2-2 ਕਿਲੋ ਤੇ ਆਏਗਾ ਹੀ ਆਪਾਂ ਤੁਸੀਂ ਕਿੱਥੇ ਟੋਰੀ ਲਿਜਾ ਰਹੇ ਹੋ ਉਹ ਦੇਖੋ ਬੱਕਰੇ ਆ ਰਹੇ ਸਾਨੂੰ ਕਿੱਥੇ ਉਹ ਮਿਲ ਗਏ ਰਾਜਨਪੁਰੀ ਲੱਗ ਰਹੇ ਨਹੀਂ ਨਹੀਂ ਆ ਬੋਪੁਰੀ ਦੇ ਆਹੋ ਪ੍ਰੇਮ ਚੋਪੜੇ ਸਾਰੇ ਪ੍ਰੇਮ ਹੀ ਮਿਕਸ ਇਹ ਜੇ ਪੱਲੀ ਜੋੜੀ ਪਤਾ ਕਰ ਅਸਲਾਮ ਅਲੈਕੁਮ ਚਾਚੂ ਵਾਸਤੇ ਪਾਦੀ ਹਾਲ ਚਾਲ ਨਹੀਂ ਪੁੱਛਿਆ ਯਾਰ ਤੂੰ ਇਹਨਾਂ ਦਾ ਦੋਨੇ ਨੇ ਉਸਤਾਦ ਜੀ ਮੈਂ ਕਿੱਥੇ ਤੇਰਾ ਕੀ ਜੀ ਇਹਨਾਂ ਦੀ ਫੈਸਲਾ ਕੀ ਹੈ
ਉਹ ਪਿੱਛੇ ਦੇਖ ਲੈਣਾ ਐ ਸਾਰੇ ਬੱਕਰੇ ਹੀ ਆ ਗਏ ਨੇ। ਹਾਂ ਬਈ ਬੱਕਰਾ ਤੋਂ ਹਾਸ ਲਾਈ ਬੈਠਾ ਸਿਰਫ ਰੱਸੀ ਆੜੇ ਆਈ ਹੈ। ਓਏ ਬਾਸ ਹਟੇ ਇਹਨਾਂ ਨੇ ਈਦ ਤੋਂ ਪਹਿਲੇ ਹੀ ਲੋਂਡੇਬਾਜ਼ੀ ਦੇ ਕੇਸ ਫੜੇ ਜਾਣਾ ਵਿਸ਼ੇਸ਼ ਪ੍ਰੇਮ ਚੋਪੜਾ। ਓਏ ਹੋਏ ਹੋਏ ਰੰਗੋਲੀ ਖੇਲ ਕੇ ਆਇਆ ਹੈ। ਹੈਪੀ ਹੋਲੀ। ਹਾਂ ਬਈ ਕੀ ਹਾਲ ਚਾਲ ਹੈ? ਠੀਕ ਹੈ ਆਣਾ ਅਬੇ ਸਾਲੇ ਨਹੀਂ ਉਹ ਖਲਾਇਆ ਹੁੰਦਾ ਕੀ ਹੈ? ਫਤਿਹ ਕਹਿੰਦਾ ਲਈ ਬੱਕਰੀ ਮੈਗਨੇਟ। ਮੈਂ ਕਿਹਾ ਬੱਕਰਾ ਚੁੱਪ ਕਰ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕੀ ਦੇਖ ਮੈਗਨੇਟ ਮਤਲਬ ਪ੍ਰੈਗਨੈਂਟ। ਅੱਛਾ ਪ੍ਰੈਗਨੈਂਟ। ਅਰਸਲਾਨ ਕੀ ਹੈ? ਉਧਰ ਵੀ ਹਨ ਬੱਕਰੇ। ਨਹੀਂ ਕਸ਼ਵ ਇਹ ਦੇ ਇੱਧਰ ਪਹਿਲੇ ਆ ਤੇ ਦੇਖ ਲੈ ਇਹ ਦੋ ਦੇਖ। ਇਹ ਵੀ ਹੈ ਯਾਰ ਇੱਥੇ ਅੱਛੇ ਜਾਨਵਰ ਹੈਗੇ ਨੇ। ਅਸਲਾਮ ਵਾਲੇਕੁਮ। ਉਸਤਾਦ ਜੀ ਇਹ ਕਿਸ ਤਰ੍ਹਾਂ ਜੋੜੀ? ਅੱਛਾ ਸੋਰੀ ਉਸਤਾਦ ਜੀ ਕੌਣ ਹੈ ਇੱਧਰ? ਇਹਦਾ ਕੁੱਬ ਨਿਕਲਿਆ। ਉਸਤਾਦ ਜੀ ਆਪਣੇ ਨੇ ਯਾਰ ਇੱਥੇ ਕੌਣ ਨੇ ਭਾਈ ਜਾਨ? ਹਾਂਜੀ ਭਾਈ ਚਲੋ ਯਾਰ ਲੈ ਕੇ ਚੱਲੀਏ। ਲੈਣ ਦੇਣ ਵਾਲੀ ਗੱਲ ਕਰਾਂਗਾ। ਅੱਛਾ ਫਿਰ ਇਹਦਾ ਮਾਲਕ ਲੱਭੋ। ਅੱਛਾ ਫੜੋ ਯਾਰ ਗਲਤ ਗੱਲ ਨਾ ਕਰੋ। ਦੋ ਸਫੈਦ ਪਤਾ ਕਰ ਉਹ ਪਿੱਛੇ ਵਾਲੇ ਕਿਹਦਾ? ਜੋੜੀ ਦਾ ਦੋ ਦੱਸ ਹਾਂ ਉਹਦੀ ਵਜ੍ਹਾ। ਪੈਸਾ ਬਈ ਇੱਕ ਵੀਕ ਹੈ ਉਹ ਇਹਨੂੰ ਜ਼ਰਾ ਬਹੁਤ ਫਰਕ ਹੈ ਕਹਿਣ ਚ ਕੀ ਜਾਂਦਾ ਉਹਨੇ ਵੀ ਤਾਂ ਕਿਹਾ ਹੀ ਹੈ। ਨਹੀਂ ਨਹੀਂ ਜੋੜੀ ਦਾ ਜੋੜੀ ਦਾ ਦੋ ਵੀ ਕਿੰਨੀ ਵਾਰੀ ਮਨਾ ਕੀਤਾ ਭਾਈ ਡਰ ਗਿਆ ਉਧਰ। ਤੁਸੀਂ ਦੱਸੋ ਨਾ ਚੋਗਾ ਕਿਹੜਾ? ਲਾਹੌਰੀ ਕਲਰ ਇਹ ਲਾਹੌਰ ਵਾਲਿਆਂ ਨੂੰ ਤੇ ਨਹੀਂ ਪਤਾ ਮੇਰਾ ਸਿਰ ਸਾਫ਼ ਆ ਤੇ ਕਹਿ ਰਿਹਾ ਅਸਲ ਤੇ ਜੈਨੂਇਨ ਦੇਸੀ ਕਲਰ ਹੈ।
ਪਿੰਕ ਕਲਰ ਸੀ ਨਹੀਂ ਚਲ ਚਲ ਚਲੋ ਜਾ ਕੇ ਇਲਾਜ ਕਰੋ ਆਪਣਾ ਨੇੜੇ ਲਾ ਨੇੜੇ ਆਓ ਤੇ ਬਸ ਚਾਚੂ ਦੇਖ ਰਹੇ ਸਲਾਮ ਅਲੈਕੁਮ ਦੋਂਦੇ ਜੇ ਖੱਸੀ ਕੀ ਮੰਗ ਰਹੇ ਹਾਂਜੀ ਬਾਰਾ ਕਹਿੰਦਾ ਈਦ ਤੋਂ ਬਾਅਦ ਇਹਨਾਂ ਦੇ ਸਕੂਲ ਖੁੱਲ ਜਾਣੇ ਨੇ ਦੱਸੋ ਕਿੱਥੇ ਰੋਟੀ ਬਚ ਰਹੀ ਹੈ ਉਸ ਤੋਂ ਬਾਅਦ ਸਾਡੀ ਬਚੇਗੀ ਤੇ ਗੱਲ ਬਣ ਜਾਏਗੀ ਨਹੀਂ ਬਚੇਗੀ ਤੇ ਨਹੀਂ ਬਣੇਗੀ ਤੁਸੀਂ ਪਹਿਲੇ ਆਪਣੀ ਫਾਈਨਲ ਗੱਲ ਕਰੋ ਤੁਸੀਂ ਦੱਸੋ ਨਾ ਜਿੱਥੇ ਤੁਹਾਨੂੰ ਰੋਟੀ ਬਚ ਰਹੀ ਸੀ ਦੱਸੋ ਹਾਂ ਸਹੀ ਹੈ ਠੀਕ ਹੈ ਲਾਇਕ ਨਹੀਂ ਉਹ ਨਹੀਂ ਮਾਜ ਜਿਹੜਾ ਹਾਂ ਸਹੀ ਕਹਿ ਰਹੇ ਹੋ ਤੁਸੀਂ ਚਲੋ ਦੱਸੋ ਕਿ ਕਰੇ ਨੇ ਸਫਰ ਚੋਂ ਆਏ ਨੇ ਕਿੱਥੋਂ ਉੱਥੋਂ ਆਏ ਨੇ ਸਾਈ ਵਾਲੇ ਸਾਈ ਵਾਲੇ ਤੇਲੇ ਖਾ ਰਹੇ ਨੇ ਕਿੱਥੇ ਨੇ ਜਦੋਂ ਤੋਂ ਸੰਚੇ ਤੋਂ ਬੰਦੇ ਨਾਲ ਇੰਨੀ ਛੇਤੀ ਖਤਮ ਕਰਨ ਨੂੰ ਕੀ ਇਹ ਨੇ ਨਸ ਵੀ ਦੇਖ ਲਓ ਇੰਦਰ ਆ ਰਹੀ ਸਾਨੂੰ ਨਹੀਂ ਗੁੰਜਾਇਸ਼ ਇਹੀ ਹੈ ਬਸ ਬਿਲਕੁਲ ਐਸਾ ਹੀ ਹੈ ਠੀਕ ਨਾ ਚਾਚੂ ਨੱਬੇ ਲਾਤਾ ਨੱਬੇ ਲਾਤਾ ਇਹਨਾਂ ਦਾ ਜਲਾਲਤ ਤੋਂ ਬਾਅਦ ਮਾਸ਼ਾਅੱਲਾ ਲੈ ਲੈਣੇ ਤਿੰਨ ਜਾਨਵਰ ਫਿਲਹਾਲ ਲਏ ਨੇ ਦੋ ਸ਼ਾਟ ਹੈਗੇ ਨੇ ਹਾਲੇ ਵੀ ਤੇ ਇੱਕ ਵੱਡਾ ਜਾਨਵਰ ਪੜੋ ਯਾਰ ਪੜੋ ਪੜੋ ਐ ਨਹੀਂ ਪਿੱਛੋਂ ਵੇੜ ਆਈ
ਮਾਸ਼ਾਅੱਲਾ ਦੋ ਹੈਗੇ ਨੇ ਤੇ ਤੀਜਾ ਉਧਰੋਂ ਵਾਲੇ ਰੱਖ ਰਹੇ ਨੇ ਅੰਦਰ ਧਿਆਨ ਨਾਲ ਯਾਰ ਧਿਆਨ ਨਾਲ ਸੱਟ ਨਾ ਲੱਗੇ ਸੱਟ ਨਾ ਲੱਗੇ ਸ਼ਾਬਾਸ਼ 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 ਚੌਕੇ 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 ਹੋਇਆ ਕੀ ਹੋਇਆ ਕੀ ਹੋਇਆ ਕੀ ਅੱਛੀ ਤਰ੍ਹਾਂ ਯਾਰ ਪਿਆਰ ਨਾਲ ਜ਼ਰਾ ਅਜੇ ਸਾਹਿਬ ਤੁਸੀਂ ਫਿਰ ਬੈਠੋ ਨਾਲ ਤੇ ਉਮੀਦ ਕਰਨੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਅੱਜ ਦਾ ਮੰਡੀ ਦੇ ਬਾਰੇ ਹਾਲਾਤ ਦੇ ਬਾਰੇ ਚ ਤੇ ਬਾਕੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਰਸ਼ ਬਹੁਤ ਹੈਗਾ ਲੋਕੀ ਅੱਗੇ ਪਿੱਛੋਂ ਮਜ਼ੇ ਲੈ ਕੇ ਜਾ ਰਹੇ ਨੇ ਚੈਨਲ ਨੂੰ ਜ਼ਿਆਦਾ ਜ਼ਿਆਦਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਜੇ ਇਹਦੇ ਦਿਨਾਂ ਚ ਟਾਈਮ ਮਿਲਿਆ ਤੇ ਇਨਸ਼ਾਅੱਲਾ ਵਲੌਗ ਬਣਾਵਾਂਗੇ ਵਰਨਾ ਤੇ ਬਾਅਦ ਚ ਸਹੀ ਇਨਸ਼ਾਅੱਲਾ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅੱਲਾ ਹਾਫਿਜ਼।